ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਜਲੰਧਰ ਦੌਰੇ ਦਾ ਅੱਜ ਦੂਜਾ ਦਿਨ ਹੈ ਤੇ ਇਸੇ ਕਰਕੇ ਅੱਜ ਭਾਨਾ ਸਿੱਧੂ ਵੀ ਲਾਈਵ ਆਇਆ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨਾਲ ਹੋਈ ਫੋਨ ਤੇ ਗੱਲਬਾਤ ਸ਼ੇਅਰ ਕੀਤੀ ਭਾਨੇ ਸਿੱਧੂ ਨੇ ਉਹਨਾਂ ਸਾਰਿਆਂ ਨੂੰ ਠੋਕਵੇਂ ਜਵਾਬ ਦਿੱਤੇ ਜਿਹੜੇ ਕਹਿ ਰਹੇ ਸਨ ਕਿ ਸਿੱਧੂ ਮੂਸੇਵਾਲੇ ਦੇ ਮਾਪੇ ਤਾਂ ਜਲੰਧਰ ਸਿਆਸਤ ਕਰਨ ਆਏ ਹਨ ਦੋਸਤੋ ਤੁਸੀਂ ਵੀ ਦੇਖੋ ਭਾਨੇ ਸਿੱਧੂ ਦੀ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਜਲੰਧਰ ਦੇ ਵਿੱਚ ਝਿਮਣੀ ਚੂਣ ਚੱਲ ਰਹੀ ਹੈ ਤੁਹਾਨੂੰ ਸਭ ਨੂੰ ਪਤਾ ਕੱਲ ਸਿੱਧੂ ਦੀ ਮੇਰੀ ਸਾਡੀ ਮਾਤਾ ਸਤਿਕਾਰਯੋਗ ਸਿੱਧੂ ਦੀ ਬੇਬੇ ਨਾਲ ਬਹੁਤ ਸਮਾਂ ਲੰਮਾ ਸਮਾਂ ਗੱਲ ਹੋਈ ਗਈ ਆ 7-8 ਮਿੰਟ ਗੱਲ ਹੋਈ ਮੈਂ ਕੁਝ ਦਿਨਾਂ ਲਈ ਆਸਟ੍ਰੇਲੀਆ ਆਇਆ ਹਾਂ ਤੁਹਾਨੂੰ ਸਭ ਨੂੰ ਪਤਾ ਕੋਈ ਬੜੇ ਦਿਨ ਨਹੀਂ ਰਹਿਣਾ ਮੈਂ ਵਾਪਸ ਇੱਥੋਂ ਹੋ ਜਾਣਾ ਇਸ ਗੱਲ ਤੇ ਵੀ ਆਉਣਾ ਮੈਂ ਜਿੰਨੇ ਵੀ ਜਾਣੇ ਮੈਂ ਦੇਖੋ ਸਿੱਧੂ ਮੂਸੇ ਵਾਲੇ ਨੂੰ ਜਿੰਨੇ ਵੀ ਮੇਰੇ ਭਰਾ ਨੂੰ ਪਿਆਰ ਕਰਦ ਨੇ ਇਹ ਸਾਂਝਾ ਕਰੀ ਜਾਣਾ ਮੈਨੂੰ ਮਾਤਾ ਕਹਿੰਦੀ ਸਿੱਧੂ ਦੀ ਸਾਡੀ ਮਾਤਾ ਕਹਿੰਦੀ ਪੁੱਤ ਕਹਿੰਦੇ ਜਿਹੜਾ ਤੂੰ ਗੱਲ ਬੋਲਦਾ ਕਹਿੰਦੀ ਇਹ ਗੱਲ ਕੋਈ ਹੋਰ ਨਹੀਂ ਬੋਲ ਸਕਦਾ ਸਿੱਧੂ ਦੇ ਬਾਪੂ ਨਾਲ ਵੀ ਗੱਲ ਹੋਈ ਕੰਨੇ ਜਿਹੜੀ ਤੂੰ ਕੰਡੇ ਕੱਢਦਾ ਕੋਈ ਹੋਰ ਨਹੀਂ ਕੱਢ ਸਕਦਾ ਕੰਨੇ ਬਸ ਇੱਥੇ ਵਾਟਾ ਕੰਨੇ ਸੋਸ਼ਲ ਮੀਡੀਆ ਦੇ ਨੇ ਸਰਕਾਰ ਆ ਸੋਸ਼ਲ ਮੀਡੀਆ ਤੇ ਇਹ ਬਣੇ ਹੋਏ ਨੇ ਕੰਨੇ ਸੋਸ਼ਲ ਮੀਡੀਆ ਤੇ ਆਪਨ ਨੂੰ ਹਰਾ ਸਕਦੇ ਆ ਕੰਨੇ ਸੋਸ਼ਲ ਮੀਡੀਆ ਦੇ ਜਿਹੜੀ ਤੂੰ ਚੱਬ ਕੱਢਦਾ ਕੋਈ ਹੋਰ ਨਹੀਂ ਕੱਢ ਸਕਦਾ ਇਹਨਾਂ ਨੇ ਇਹਨਾਂ ਨੇ ਝਾੜੂ ਵਾਲਾਂ ਦੇ ਜਿਹੜੀ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਰਦੇ ਨੇ ਨਾ ਜਿੱਤ ਜਾਣ ਕੋਈ ਚੱਕਰ ਨਹੀਂ ਜੇ ਲੋਕਾਂ ਨੂੰ ਫੁੱਦੂ ਬਣਾ ਕੇ ਜਿੱਤ ਜਾਣਗੇ ਲੋਕਾਂ ਨੂੰ ਪਾਗਲ ਬਣਾ ਕੇ ਜਿੱਤ ਜਾਣਗੇ ਆਪਣੇ ਸਰਕਾਰ ਦੇ ਸਾਰਾ ਉਹ ਲਾ ਕੇ ਤਾਮਜਾਮ ਲਾ ਕੇ ਜਿੱਤ ਜਾਣਗੇ ਜਿੱਤ ਲੈਣ ਜਿਮਣੀ ਚੌਂਦਾ ਜਿੱਤੀ ਜਹੇ ਜੀ ਹੁਣ ਗੱਲ ਆ ਗਈ ਸਿੱਧੂ ਮੂਸੇ ਵਾਲੇ ਦੇ ਇਨਸਾਫ ਦੀ ਜਿਹੜਾ ਸਿੱਧੂ ਮੂਸੇ ਵਾਲੇ ਦੇ ਇਨਸਾਫ ਦੇ ਲਈ ਜਿਹੜੇ ਉਹਨਾਂ ਦੇ ਮਾਤਾ ਪਿਤਾ ਉੱਥੇ ਭਾਈ ਜਲੰਧਰ ਦੇ ਵਿੱਚ ਆਉਂਦਾ ਚੋਣ ਪ੍ਰਚਾਰ ਕਰਦੇ ਫਿਰ ਉਹ ਉਹ ਇਹ ਗੱਲ ਕਹਿੰਦੇ ਫਿਰਦੇ ਨੇ ਵੀ ਭਾਈ ਸਾਡੇ ਪੁੱਤ ਨੂੰ ਇਨਸਾਫ ਨਹੀਂ ਦਿੱਤਾ ਇਹਨਾਂ ਦਾ ਇੱਕ ਤਾਂ ਠੀਕ ਹੈ ਜੀ ਉਹ ਕਿਹੜਾ ਆਪਣਾ ਨਾਭੇ ਵਾਲਾ ਐਮਐਲਏ ਉਹਦਾ ਨਾਮ ਕੀ ਹੈ ਉਹ ਗਾਉਣ ਵਾਲਾ ਐਮਐਲਏ ਕੀ ਹੈ ਉਹਦਾ ਨਾਮ ਤਾਂ ਨਾ ਭੁੱਲ ਗਿਆ ਨਾਭਾ ਵਾਲਾ ਐਮਐਲਏ ਦਾ ਜਗਦੇਵ ਮਾਨਪਤ ਨੇ ਕੀ ਹੈ ਉਹਦਾ ਨਾਮ ਮੈਨੂੰ ਨਾ ਭੁੱਲ ਗਿਆ ਉਹ ਵੱਡੀਆਂ ਵੱਡੀਆਂ ਗੱਲਾਂ ਕਰਦਾ ਕੰਨਾ ਜੀ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਸਾਡਾ ਅਗੀ ਕਸੂਰ ਆ ਜੀ ਕਹਿੰਦਾ ਮੈਂ ਵੀ ਐਮਐਲਏ ਆ ਕਹਿੰਦਾ ਵੀ ਮੈਂ ਵੀ ਐਮਐਲਏ ਆ ਤੇ ਮੈਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ ਹੁਣ ਤੇਰੇ ਤੂੰ ਕਿੱਥੇ ਯਾਰ ਤੂੰ ਉਹਦੇ ਜੁੱਤੀ ਵਰਗਾ ਵੀ ਨਹੀਂ ਹੈਗਾ ਐਮਐਲਏ ਸਾਹਿਬ ਉਹ ਸਿੱਧੂ ਮੂਸੇਵਾਲਾ ਦੁਨੀਆ ਦੇ ਵਿੱਚ ਨਾਮ ਚੱਲਦਾ ਉਹਦਾ ਸਿੱਧੂ ਮੂਸੇਵਾਲਾ ਦੁਨੀਆ 'ਚ ਨਾਮ ਚੱਲਦਾ ਤੂੰ ਤਾਂ ਪੈਰ ਵਰਗਾ ਵੀ ਨਹੀਂ ਹੈਗਾ ਤੈਨੂੰ ਕਿਹੜਾ ਪੋਤਾ ਮੇਲੇ 'ਚ ਅਮਰੂਦਾ ਰੇੜੀ ਨੂੰ ਨਾਲੇ ਤੈਨੂੰ ਮਾਰ ਕੇ ਹੀ ਬਸ ਕਿਸੇ ਨੇ ਕੀ ਲੈਣਾ ਅਗਲੀ ਗੱਲ ਇਹ ਹੈ ਕਿ ਅਜੂ ਸਿੱਧੂ ਮੂਸੇਵਾਲੇ ਦੇ ਪਿਤਾ ਉੱਥੇ ਭਾਈ ਉਹ ਕਰਦੇ ਫਿਰਦੇ ਨੇ ਮੈਨੂੰ ਇੱਕ ਚੀਜ਼ ਦਾ ਸਾਰੇ ਪੰਜਾਬ ਦੇ ਦਿਲ ਤੱਕ ਧਰ ਕੇ ਆਪ ਦਾ ਸਹੀ ਗੱਲ ਦਾ ਜਵਾਬ ਦੇ ਦਿਓ ਕਿ ਜਿਹੜੇ ਇਹ ਗੱਲ ਕਹਿੰਦੇ ਨੇਗੇ ਕਿ ਆਮ ਆਦਮੀ ਪਾਰਟੀ ਦਾ ਇਸ ਦੇ ਵਿੱਚ ਕੋਈ ਹੱਥ ਨਹੀਂ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਦੇ ਵਿੱਚ ਤੁਸੀਂ ਸੌਂ ਖਾ ਕੇ ਇੱਕ ਗੱਲ ਦੱਸੋ ਇੱਕ ਤਾਂ ਜ਼ਖਮ ਹੁੰਦਾ ਠੀਕ ਆ ਮੇਰੇ 6 ਵਜੇ ਯਾਰ ਮੇਰੇ ਜ਼ਖਮ ਹੋ ਗਿਆ ਮੇਰਾ ਉਹ ਕਿਤੇ ਨਾ ਕਿਤੇ ਚੱਲ ਹੌਲੀ-ਹੌਲੀ ਆਰਾਮ ਹੋ ਜਾਊਗਾ ਮੇਰਾ ਹੱਥ ਕੋਈ ਮੇਰਾ ਅੰਗ ਕੱਟਿਆ ਗਿਆ ਮੇਰੇ ਸਰੀਰ ਦਾ ਹੌਲੀ-ਹੌਲੀ ਚੱਲੋ ਕੋਈ ਆਰਾਮ ਆ ਜਾਊਗਾ ਅੰਗ ਦਾ ਵੈਸੇ ਨਹੀਂ ਜੁੜਨਾ ਮੇਰੀ ਬਾਹ ਕੱਟੀ ਗਈ ਮੈਂ ਕਿਹਾ ਧਾਰਨ ਦੇ ਕਿਹਾ ਮੇਰੀ ਬਾਹ ਕੱਟੀ ਗਈ ਚਲ ਮੇਰੀ ਬਾਹ ਤਾਂ ਨਹੀਂ ਨਾਲ ਜੁੜਨ ਲੱਗੀ ਚਲ ਮੈਂ ਕਹ ਦੂੰਗਾ ਵੀ ਚਲੋ ਪਰਮਾਤਮਾ ਦਾ ਹੁਕਮ ਸੀ ਬਾਹ ਵੱਢੀ ਗਈ ਪਰ ਇੱਕ ਜ਼ਖਮ ਉਹਦਾ ਇੱਕ ਜ਼ਖਮ ਦੇ ਤੋਂ ਬਾਅਦ ਚ ਨੂਨ ਮਿਰਚਾਂ ਨੂਨ ਮਿਰਚਾਂ ਲੱਗਦੇ ਨੇ ਜ਼ਖਮ ਕਰ ਕੇ ਨਾ ਉਹਦੇ ਉੱਤੇ ਮਿਰਚਾਂ ਭੁੱਕਣੀਆਂ ਆਮ ਆਧਿ ਪਾਰਟੀ ਜਿਹੜਾ ਕੰਮ ਪਿਛਲੇ ਕਰਤੂਤ ਕੀਤੀਆਂ ਨੇ ਜਿਹੜੀ ਇੱਕ ਇੱਕ ਇੰਟਰਵਿਊ ਕਰਵਾ ਕੇ ਅੱਜ ਬਾਈ ਸਾਰਾ ਇੱਥੇ ਇੱਥੇ ਮੈਂ ਜਾਣਣਾ ਨਾ ਇੱਥੇ ਜਿਹੜੇ 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 ਪੰਜਾਬੀ ਭਰਾਵਾਂ ਨੂੰ ਮਿਲਦਾ ਕਹਿੰਦੇ ਜਿਹੜੀ ਇੰਟਰਵਿਊ ਕਰਾਈ ਆ ਬਸ ਸਾਨੂੰ ਉਸ ਚੀਜ਼ ਤੇ ਜਵਾਬ ਦੇ ਦੇਣਾ ਜਿਹੜੀ ਜੇਲ੍ਹ ਚੋਂ ਇੰਟਰਵਿਊ ਕਰਵਾਈ ਆ ਉਹ ਹੋਈ ਕਿਵੇਂ ਆ ਕਿਹੜੇ ਦਿਨ ਹੋਈ ਆ ਕਿਹਨੇ ਪੱਤਰਕਾਰ ਨੇ ਕਰਾਈ ਆ ਸਾਨੂੰ ਉਸ ਚੀਜ਼ ਤੇ ਸਵਾਲ ਦਾ ਜਵਾਬ ਦੇ ਦੇਣ ਕਿਉਂ ਬਈ ਗੱਲ ਸਹੀ ਆ ਆ ਬਈ ਝਾੜੂ ਦੇ ਭੇਡਾਂ ਆ ਗੀਆਂ ਇਹਨਾਂ ਨੇ ਫੇਕ ਗਾੜੀਆਂ ਤਾਂ ਹੁਣ ਮੇਰੇ ਕਮੈਂਟ ਮਰਵਾਣਗੇ ਮਰਵਾ ਲਓ ਗੱਲ ਬਈ ਮੇਰੀ ਸਹੀ ਆ ਇਹ ਜਿਹੜੀ ਮੈਂ ਗੱਲ ਕਹੀ ਆ ਵੀ ਸਾਨੂੰ ਇੱਕ ਸਾਨੂੰ ਉਸੇ ਚੀਜ਼ ਤੇ ਸਾਨੂੰ ਜਵਾਬ ਦੇ ਦੋ ਇੰਟਰਵਿਊ ਜਿਹੜੀ ਕਰਾਈ ਆ ਬਾਕੀ ਗੱਲਾਂ ਛੱਡੋ ਕਿਹਨੇ ਕਰਵਾਈ ਆ ਕਿਹਨੇ ਨਹੀਂ ਕਰਾਈ ਇਹ ਦੱਸੋ ਬਈ ਇਹ ਗੱਲ ਸੱਚੀ ਆ ਕਿ ਮੇਰੀ ਝੂਠੀ ਇਸ ਚੀਜ਼ ਤੇ ਜਵਾਬ ਦੇ ਦੇ। ਚਲ ਇਹ ਕਹਿੰਦੇ ਜੀ ਸਿਕਿਉਰਿਟੀ ਇਹ ਨਹੀਂ ਕੀਤੀ। ਅਸੀਂ ਸਿਕਿਉਰਿਟੀ ਅਚਾ ਉਹਦੇ ਕੋਲੇ ਗਨਮੈਨ ਦੋ ਹੈਗੇ ਸੀਗੇ। ਅਸੀਂ ਉਹਦੇ ਕੋਲੇ ਦੋ ਗਨਮੈਨ ਹੈਗੇ ਸੀਗੇ। ਆਪਦੇ ਗਨਮੈਨ ਨਾਲ ਇਹਨਾਂ ਦੀ ਬੁਲਟ ਪ੍ਰੂਫ ਗੱਡੀ ਨਾਲ ਜਿਹੜਾ ਇਹਦਾ ਕੁਝ ਗੱਲ ਬੋਲਦੇ ਆ ਫਿਰ ਇੰਟਰਵਿਊ ਬਾਈ ਕਿਉਂ ਹੋਈ? ਇਸ ਇਸ ਕਲੀ ਇਸ ਗੱਲ ਤੇ ਜਵਾਬ ਦਿਓ। ਬਾਅਦ ਛੱਡੋ। ਤੁਸੀਂ ਅਗਲੇ ਦੇ ਪੁੱਤ ਮਰਵਾ ਕੇ ਦੁਬਾਰਾ ਚ ਜ਼ਖਮ ਤੇ ਨੂਨ ਮਿਰਚ ਭੁਗਦੇ ਹੋ। ਇਹ ਕਿੰਨੀ ਕਿੱਡੀਕ ਚੰਗੀ ਗੱਲ ਆ ਬਾਈ? ਇਸ ਚੀਜ਼ ਦਾ ਜਵਾਬ ਦਿਓ ਇਸ ਕਰਕੇ ਬਾਈ ਉਹ ਏਡੇ ਮਾਪੇ ਉਹਨਾਂ ਦੇ ਕੰਮ ਨਹੀਂ ਤਾਂ ਕਰਕੇ ਉਹ ਪਿੰਡਾਂ ਦੇ ਵਿੱਚ ਭੀਖ ਮੰਗਦੇ ਫਿਰਦੇ ਨੇ ਲੋਕਾਂ ਤੋਂ ਵੀ ਜੇ ਆਮ ਆਦੀ ਪਾਰਟੀ ਹਾਰਦੀ ਤਾਂ ਸਾਡੇ ਪੁੱਤ ਨੂੰ ਇਹਨਾਂ ਨੇ ਜਿਹੜੇ ਕਰਤੂਤਾਂ ਕਰੀ ਨਾ ਤਾਂ ਸਾਡੇ ਪੁੱਤ ਨੂੰ ਕੁਛ ਨਾ ਕੁਛ ਆਤਮਾ ਨੂੰ ਸ਼ਾਂਤੀ ਮਿਲਣੀ ਹੈ ਤਾਂ ਉਹ ਇਹ ਗੱਲਾਂ ਕਰਦੇ ਫਿਰਦੇ ਨੇ ਸਭ ਤੋਂ ਵੱਡੀ ਗੱਲ ਮੈਂ ਮੇਰਾ ਮੇਰਾ ਭਰਾ ਹੈ ਬਹੁਤ ਸਾਰੇ ਬੰਦੇ ਗੱਲਾਂ ਕਰਦੇ ਨੇਗੇ ਤੂੰ ਸਿੱਧੂ ਮੂਸੇਵਾਲਾ ਦਾ ਪਾਕ ਰਹੇ ਬੋਟਾਂ ਦੇ ਕਿਉਂ ਨਹੀਂ ਪ੍ਰਚਾਰ ਕੀਤਾ ਸੀਗਾ ਕਿਉਂ ਨਹੀਂ ਚੁਗਾ ਸਾਧਤਾ ਮੰਨੀ ਨਹੀਂ ਦਿੱਤਾ ਬਾਈ ਮੈਂ ਕਾਂਗਰਸ ਤੇ ਮੈਂ ਮੂੰਹ ਤੋਂ ਨਹੀਂ ਠੁਕਦਾ ਮੈਂ ਕਾਂਗਰਸ ਵਾਲਾਂ ਦੇ ਮੈਂ ਕਾਂਗਰਸ ਵਾਲਾ ਦਾ ਮੈਂ ਸਾਫ਼ ਕਹਿਣਾ ਮੈਨੂੰ ਰਾਜੇ ਬੜਿੰਗ ਵਰਗੇ ਮੈਨੂੰ ਨਹੀਂ ਬੰਦੇ ਪਸੰਦ ਹੈਗੇ ਮੈਂ ਨਹੀਂ ਉਹਨਾਂ ਦੀ ਕਲਾਮ ਕਰਦਾ ਕਾਂਗਰਸ ਨੇ ਸਾਡੇ ਕਾਲ ਤੱਕ ਸਭ ਦੇ ਟੈਂਕ ਚੜਾਏ ਨੇ ਸਾਡੇ ਨਾਲ ਸਾਡੇ ਪੁੱਤ ਮਰਵਾਏ ਨੇ ਮੈਂ ਨਹੀਂ ਸਪੋਰਟ ਕਰਦਾ ਮੈਂ ਨਹੀਂ ਕਰਦਾ ਬਿਲਕੁਲ ਨਹੀਂ ਸਪੋਰਟ ਕਰਦਾ ਸਿੱਧੂ ਮੂਸੇਵਾਲਾ ਮੇਰਾ ਭਰਾ ਸੀ ਮੈਂ ਉਦੋਂ ਵੀ ਗੱਲ ਕਹੀ ਸੀ ਮੈਂ ਉਦੋਂ ਪਹਿਲਾਂ ਵੀ ਕਈ ਸਾਲਾਂ ਤੋਂ ਲੈ ਕੇ ਤੁਸੀਂ ਮੇਰੇ ਲਾਈਵ ਕੱਢ ਕੇ ਦੇਖ ਲਓ ਮੈਂ ਸਿੱਧੂ ਮੂਸੇਵਾਲਾ ਦੇ ਉਦੋਂ ਵੀ ਪੱਖ ਚ ਖੜਾ ਸੀਗਾ ਪਰ ਉਹ ਮੇਰਾ ਭਰਾ ਦਿਲ ਦਾ ਸਾਹ ਬੰਦਾ ਸੀ ਅੱਜ ਜੇ ਸਿੱਧੂ ਮੂਸੇਵਾਲਾ ਦੇ ਮਾਂ ਬਾਪ ਨੂੰ ਇਹ ਪੁੱਛ ਲਓ ਜਾ ਕੇ ਮੈਨੂੰ अच्छा जी फिर तू ਉਹਨਾਂ ਨੂੰ ਪਤਾ ਹੈ ਵੀ ਭਾਨਾ ਸਾਡਾ ਪੁੱਤ ਆ ਭਾਨਾ ਸਾਡਾ ਪੁੱਤ ਜਿਹੜੀ ਗੱਲ ਬੋਲ ਸਕਦਾ ਹੋਰ ਕੋਈ ਨਹੀਂ ਗੱਲ ਬੋਲ ਸਕਦਾ ਉਹ ਮਾਣ ਕਰਦੇ ਨੇ ਮੇਰੇ ਤੇ ਉਹ ਇਹਨਾਂ ਨੇ ਮੰਜੀ ਮੈਂ ਠੋਕੇ ਰੱਖੂੰ ਤੂੰ ਫਿਕਰ ਨਾ ਕਰੇ ਤੁਸੀਂ ਤੇ ਜਿੰਨੇ ਵੀ ਜਾਣੇ ਤੁਸੀਂ ਮੇਰੇ ਭਰਾ ਉਹਨੂੰ ਬਾਅਦ ਤੋਂ ਬਾਅਦ ਤੁਸੀਂ ਸ਼ੇਅਰ ਕਰਦੇ ਹੋ ਲਾਈਵ ਨੂੰ ਮੈਂ ਤੁਹਾਡੇ ਕੋਲੇ ਹੀ ਬੇਨਤੀ ਕਰਦਾ ਕਿ ਇਹ ਗੱਲਾਂ ਪਹੁੰਚਣੇ ਬੜੇ ਜ਼ਰੂਰੀ ਨੇ ਕਿਉਂਕਿ ਆਮ ਆਦਮੀ ਪਾਰਟੀ ਚੱਲਦੀ ਹੀ ਸੋਸ਼ਲ ਮੀਡੀਆ ਤੋਂ ਆ ਜਿਹੜੇ ਬੰਦੇ ਇਹ ਗੱਲ ਕਹਿੰਦੇ ਨੇਗੇ ਮੈਂ ਪਿਛਲੀ ਜਿਮਣੀ ਚੋਣ ਦੇ ਵਿੱਚ ਸਰਦਾਰ ਸਿਮਰਜੀਤ ਮਾਨ ਦਾ ਮੈਂ ਪ੍ਰਚਾਰ ਕਰਕੇ ਆਇਆ ਚੋਣ ਪ੍ਰਚਾਰ ਕਰਕੇ ਆਇਆ ਸੀ ਉਹਦਾ ਫੈਕਟ ਪਤਾ ਕੀ ਸੀਗਾ ਵੀ ਲੋਕਾਂ ਨੂੰ ਆ ਵੀ ਲੋਕ ਇੱਥੇ ਮੈਨੂੰ ਕਮੈਂਟ ਕਰ ਦਿੰਦੇ ਨੇ ਵੀ ਤੂੰ ਸਿਮਰਜੀਤ ਮਾਨ ਦਾ ਚੋਣ ਪ੍ਰਚਾਰ ਕਰਕੇ ਆਇਆ ਸੀਗਾ ਅੱਛਾ ਜੀ ਤੂੰ ਕਿਉਂ ਫਿਰ ਰਾਜਨੀਤੀ ਕਿਸੇ ਲੀਡਰ ਦਾ ਚੋਣ ਪ੍ਰਚਾਰ ਕੀਤਾ ਸੁਣ ਲਓ ਇਹ ਲੋਕੋ ਜਿਹੜੇ ਗੱਲਾਂ ਬਣਾਉਂਦੇ ਨੇ ਨਾ ਵੀ ਚੋਣ ਪ੍ਰਚਾਰ ਕਿਉਂ ਕੀਤਾ ਸੀਗਾ ਜੇ ਆਮ ਆਦੀ ਪਾਰਟੀ ਸਮਰੂਹ ਵਾਲੀ ਜਿਮਣੀ ਚੋਣ ਹਾਰੀ ਧਿਆਨ ਨਾਲ ਸੁਣ ਲਿਓ ਤੁਹਾਡੇ ਤੇਕਰ ਉਥੇ ਤੇਕਰ ਤੁਹਾਡੀ ਸੋਚ ਹੀ ਨਹੀਂ ਜਾਂਦੀ ਤੁਹਾਡਾ ਸੋਚ ਹੀ ਆਪ ਦੇ ਤੇਕਰ ਖੜੀ ਹੈ ਜੇ ਆਮ ਆਦੀ ਪਾਰਟੀ ਸੰਗਰੂ ਵਾਲੇ ਜਿਮਣੀ ਚੋਣ ਹਾਰੀ ਪਹਿਲੀ ਗੱਲ ਤਾਂ ਆਮ ਆਦੀ ਪਾਰਟੀ ਨੇ ਪਹਿਲਾਂ ਐਮਐਲਏ ਨੂੰ ਕੋਈ ਨਹੀਂ ਸੀ ਪੁੱਛ ਰਿਆ ਇਹ ਦੋ ਐਮਐਲਏ ਨੇ ਮੇਰੇ ਕੋਲੇ ਆਪਣੇ ਜਵਾਨੀ ਦੇ ਕੱਲ ਕਹੀਓ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਨਾਮ ਵੀ ਲੈ ਦੂੰਗਾ ਕਿ ਜੇ ਅਸੀਂ ਸੰਗਰੂ ਵਾਲੇ ਜਿਮਣੀ ਚੋਣ ਹਾਰਿਆ ਤਾਂ ਸਾਡੀ ਪੁੱਛਗ ਵਿੱਚ ਤਾਂ ਹੋਈ ਐ ਦੋ ਐਮਐਲਏ ਦੇ ਮੈਂ ਨਾਮ ਲੈ ਕੇ ਕਹਿ ਸਕਦਾ ਕਿ ਉਹਨਾਂ ਦੀ ਮੂੰਹੋਂ ਵਰਡਿੰਗ ਇਹ ਗੱਲ ਕਹੀ ਸੀ ਕਿ ਜੇ ਸੰਗਰੂ ਵਾਲੇ ਜਿਮਣੀ ਚੋਣ ਆਮ ਆਦੀ ਪਾਰਟੀ ਜਿੱਤ ਜਾਂਦੀ ਤਾਂ ਸਾਨੂੰ ਨਾ ਤਾਂ ਰਾਗਵ ਜੱਡਨੇ ਪੁੱਛਣਾ ਨਾ ਕੇਸਰੀਵਾਲ ਨੇ ਪੁੱਛਣਾ ਸੀ ਪਹਿਲਾ ਫੈਕਟ ਤਾਂ ਇਹਦਾ ਇਹ ਆ ਜੇ ਸਿਮਰਜੀਤ ਮਾਨ ਉਹ ਜਿੱਤਿਆ ਆਮ ਆਦਮੀ ਪਾਰਟੀ ਹਾਰੀ ਅਗਲੇ ਦਿਨ ਆਮ ਆਦਮੀ ਪਾਰਟੀ ਨੂੰ ਪੁੱਛ ਲਓ ਦੂਜੇ ਦਿਨ ਸਾਰੇ ਐਮਐਲਏ ਨੂੰ ਬੁਲਾਇਆ ਜਾਂਦਾ ਮੀਟਿੰਗ ਹੁੰਦੀ ਹੈ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਦੇ ਵਿੱਚ ਕੇਸਰੀਵਾਲ ਮੀਟਿੰਗ ਕਰਦਾ ਸਾਰੇ ਮੀਟਿੰਗ ਕਰਦੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਕਿ ਤੁਸੀਂ ਜਿਹੜੇ ਆਪਣੇ ਵਿਹਾਰ ਤੇ ਕੰਮ ਕਰਾ ਸਕਦੇ ਹੋ ਪਹਿਲਾਂ ਇਹਨਾਂ ਨੂੰ ਕੋਈ ਨਹੀਂ ਸੀ ਪੁੱਛ ਰਿਹਾ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਨਾ ਕੋਈ ਨਹੀਂ ਸੀ ਪੁੱਛ ਰਿਹਾ ਫਿਰ ਇਹਨਾਂ ਨੂੰ ਪਤਾ ਲੱਗਿਆ ਫਿਰ ਇਹਨਾਂ ਨੇ ਜਿਹੜਾ ਰਾਗਬ ਚੱਡੇ ਤੇ ਕੇਸਰੀਵਾਲ ਨੇ ਫਿਰ ਭਗਵੰਤ ਮਾਨ ਨੂੰ ਜਿਹੜੀ ਪਾਵਰ ਦਿੱ ਫੇਰ ਬਗਮਤਮਾਂ ਨੂੰ ਪਾਪੜ ਦਿੱਤੀ ਤੇ ਫੇਰ ਕਿਤੇ ਇਹਨਾਂ ਦੀ ਜਾ ਕੇ ਅੱਗੇ ਗਾਹ ਪੁੱਛ ਕੇ ਚ ਹੋਣ ਲੱਗੀ ਨਹੀਂ ਇਹਨਾਂ ਨੂੰ ਪਹਿਲਾਂ ਕੋਈ ਨਹੀਂ ਸੀ ਪੁੱਛ ਰਾਇਆ ਵਿਚਾਰਾ ਨੂੰ ਬਸ ਬਣਾ ਲਈ ਸੀ ਐਮਐਲਏ ਫੇਰ ਇਹਨਾਂ ਨੂੰ ਸਾਰਾ ਕੁਝ ਚਲੋ ਵੀ ਇਹਨਾਂ ਦੇ ਬਾੜੇ ਪੁੱਛ ਕੇ ਚ ਹੋਣ ਲੱਗੀ ਫੇਰ ਕਿਤੇ ਇਹਨਾਂ ਨੇ ਜਾ ਕੇ ਪੰਜਾਬ ਦੇ ਵਿੱਚ ਰਾਗ ਵਿਚ ਅੱਡਾ ਸੀ ਜਿਹੜਾ ਸਭ ਤੋਂ ਪਹਿਲਾਂ ਜਦੋਂ ਜਦੋਂ ਸਰਕਾਰ ਬਣੀ ਹੈ ਨਾ ਰਾਗ ਵਿਚ ਅੱਡਾ ਤੁਸੀਂ ਅੱਜ ਦੇਖ ਲਿਓ ਅੱਜ ਤੱਕ ਰਾਗ ਵਿਚ ਅੱਡਾ ਦਾ ਮੀਡੀਆ ਦੇ ਵਿੱਚ ਪਿਆਣਾ ਨੂੰ ਹਟ ਗਿਆ ਜਿਹੜੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਨਾ ਤੇ ਜਿਹੜੇ ਲੋਕਾਂ ਨੂੰ ਇਹ ਪਤਾ ਨਹੀਂ ਹੈਗਾ ਨਾ ਜਿਹੜੇ ਲੋਕ ਕਿ ਇੰਨਾ ਡੰਗਾਈ ਚ ਜਾ ਕੇ ਸੋਚਦੇ ਨਹੀਂ ਮੈ ਮੈਂ ਥੋੜਾ ਮੈਂ ਕਿਹਾ ਛੋਟਾ ਭਰਾ ਕਿਹਾ ਵੱਡਾ ਭਰਾ ਮੈਂ ਥੋੜਾ ਆਵਦਾ ਮਨੇ ਇੱਕ ਚੀਜ਼ ਦਸੋ ਜੋਂਦੀ ਆ ਜਦੋਂ ਦਾ ਅਸੀਂ ਆ ਸੋਸ਼ਲ ਮੀਡੀਆ ਦੇ ਰਾਗ ਚੱਟਾ ਦਾ ਵਿਰੋਧ ਕਰਨਾ ਸ਼ੁਰੂ ਕਰਿਆ ਉਹਨਾਂ ਦਾ ਰਾਗ ਚੱਟਾ ਦਾ ਮੀਡੀਆ 'ਚ ਕੋਈ ਬਿਆਨ ਆਉਂਦਾ ਸਭ ਤੋਂ ਪਹਿਲਾਂ ਮਾਲਕ ਬਣਿਆ ਫਿਰਦਾ ਸੀ ਪੰਜਾਬ ਦਾ ਰਾਗ ਚੱਟਾ ਮਨੇ ਇੱਕ ਚੀਜ਼ ਦਾ ਸਵਾਲ ਦਾ ਜਵਾਬ ਦਿਓ ਅੱਜ ਸਾਨੂੰ ਸਭ ਦੇ ਦਿਲ ਤੇ ਹੱਥ ਧਰ ਕੇ ਇਹ ਗੱਲ ਮੈਨੂੰ ਸੱਚੀ ਗੱਲ ਦੱਸਿਓ ਜਦੋਂ ਦਾ ਰਾਗ ਚੱਟਾ ਦਾ ਵਿਰੋਧ ਅਸੀਂ ਕੀਤਾ ਡਟ ਕੇ ਜਦੋਂ ਦਾ ਸਕਰੀਨ ਵਾਲੇ ਸੂਰ ਵਾਲੇ ਜਿਮਣੀ ਚੋਂ ਹਾਰ ਰਹੀ ਆ ਸਭ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਟਵੀਟ ਵੀ ਰਾਗਵ ਚੱਡਦਾ ਹੁੰਦਾ ਸੀ ਮੀਡੀਆ ਦੇ ਵਿੱਚ ਬਿਆਨ ਵੀ ਰਾਗਵ ਚੱਡਦਾ ਹੁੰਦਾ ਸੀ ਪਰ ਹੁਣ ਰਾਗਵ ਚੱਡਾ ਕਿੱਧਰ ਗਿਆ ਰਾਗਵ ਚੱਡਾ ਪਿੱਛੇ ਅਸੀਂ ੱੱਕਿਆ ਆ ਜਿਹੜਾ ਅਸੀਂ ਬੋਲੀ ਜਾਂਦੇ ਨਾ ਰਾਗਵ ਚੱਡਾ ਨੂੰ ੱੱਕਣ ਵਾਲੇ ਪਿੱਛੇ ਅਸੀਂ ਆ ਬੇਸ਼ੱਕ ਇੱਕ ਵਾਰੀ ਕਿਹਣਾ ਦੇਖੋ ਇੱਕ ਗੱਲ ਕਲੀਅਰ ਹੈ ਕਿ ਮੈਂ ਮੈਂ ਭਗਮਾਨਤਮਾ ਨੂੰ ਇਹਨਾ ਮਾੜਾ ਨਹੀਂ ਕਹਿੰਦਾ ਹੁੰਦਾ ਭਗਮਾਨਤਮਾ ਨੂੰ ਪਰ ਮਾੜਾ ਉਦੋਂ ਕਹਿਣਾ ਪੈਂਦਾ ਭਗਮਾਨਤਮਾ ਖੁਸ਼ ਹੁੰਦਾ ਜਦੋਂ ਮੈਂ ਰਾਗਵ ਚੱਡੇ ਤੇ ਕੇਦਰੀ ਬਾਲ ਦੇ ਖਿਲਾਫ ਬੋਲਦਾ ਇਹ ਸਾਨੂੰ ਸੱਚਾਈ ਦੱਸ ਦਿੰਦਾ ਮੈਂ ਅੰਦਰਲੀ ਸੱਚਾਈ ਇਸ ਕਰਕੇ ਅੱਜ ਬੇਸਾਕੋ ਪਿੱਛੇ ਪਾਵਰ ਹਜੇ ਵੀ ਰਾਗ ਚੱਡਾ ਦਿਖਾ ਰਿਹਾ ਪਰ ਪਿੱਛੇ ਨਹੀਂ ਉਹਨਾਂ ਗਿਆ ਪਰ ਕਿਰਾਂ ਤਾਂ ਲੋਕਾਂ ਦੇ ਅੱਗੇ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਕਿਰਾਂ ਪੰਜਾਬ ਦੀ ਮਾਲਕ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੀ ਗੱਲ ਕਰ ਰੋ ਮੀਡੀਆ ਦੇ ਵਿੱਚ ਪੰਜਾਬ ਦੇ ਮਾਲਕ ਬਣਨ ਦੀ ਕੋਸ਼ਿਸ਼ ਕਰਦੇ ਹੋ ਰਾਗ ਬਜਟ ਨੂੰ ਪਿੱਛੇ ਧੱਕਿਆ ਖਨਾ ਸਹੀ ਗੱਲ ਆ ਕਿ ਝੂਠ ਗੱਲ ਆ ਸੱਚੀ ਗੱਲ ਦੱਸੋ ਕਮੈਂਟ ਕਰਕੇ ਅੱਜ ਜੇ ਕੋਈ ਥੋੜੀਆਂ-ਮੋਟੀਆਂ ਪਾਵਰਾਂ ਨੇ ਜੇ ਅਸੀਂ ਉਹਨਾਂ ਦੇ ਦਿੱਲੀ ਵਾਲਿਆਂ ਦੇ ਖਿਲਾਫ ਬੋਲਣ ਲੱਗੇ ਤਾਂ ਪੰਜਾਬ ਵਾਲਿਆਂ ਕੋਲੇ ਪਾਵਰ ਆਈਆਂ ਨੇ ਗਿਆ ਇਹ ਗੱਲਾਂ ਕਿਸ ਨੂੰ ਨਹੀਂ ਪਤਾ ਉਹ ਭੇਡਾਂ ਨਹੀਂ ਆ ਸਾਡੇ ਦਾ ਭੇਡਾਂ ਨਹੀਂ ਆ ਭੇਡਾਂ ਕੋਈ ਕੋਈ ਭੇਡ ਬਾਦਲਾਂ ਦੀ ਬਣੀ ਫਿਰਦੇ ਕੋਈ ਭੇਡ ਕਾਂਗਰਸ ਦੀ ਬਣੀ ਫਿਰਦੇ ਆ ਭੇਡਾਂ ਨੂੰ ਜਿੰਨਾ ਮਰਜ਼ੀ ਮੰਨ ਲਓ ਕੋਈ ਇਹਨਾਂ ਦੇ ਝਾੜੂ ਵਾਲੇ ਨਹੀਂ ਬਣੀ ਫਿਰਦਾ ਭੇਡਾਂ ਨੇ ਭੇਡਾਂ ਲੋਕਾਂ ਨੂੰ ਕਦੇ ਸਮਝ ਆਉਣਾ ਮੇਰੇ ਮੈਂ ਤੁਹਾਨੂੰ ਗੱਲ ਕਰਨਾ ਜਿਹੜੇ ਭੇਡਾਂ ਮੇਰੇ ਖਿਲਾਫ ਬੋਲਦੇ ਨੇ ਮੇਰੇ ਬਰਾਬਰ ਕੋਈ ਕੰਮ ਕੱਢ ਕੇ ਦਿਖਾ ਦਿਓ ਵੀ ਜਿਹੜੇ ਮੈਂ ਲੋਕਾਂ ਦੇ ਹਿੱਤ ਚ ਕੰਮ ਕਰਵਾਏ ਨੇਗੇ ਮੈਂ ਚੈਲੰਜ ਕਰਦਾ ਕਿਸੇ ਐਮਐਲਏ ਨੇ 7 ਕਰੋੜ ਰੁਪਇਆ ਲੋਕਾਂ ਦਾ ਵਾਪਸ ਕਰਵਾਇਆ ਹੋਵੇ ਮੈਂ ਚੈਲੰਜ ਕਰਦਾ 7 ਕਰੋੜ ਰੁਪਇਆ 1 ਮਹੀਨੇ ਦੇ ਵਿੱਚ ਮੈਂ ਏਜੰਟਾਂ ਕਹਿੰਦੇ ਕੌਣ ਦੇ ਏਜੰਟਾਂ ਨੂੰ ਵੀ ਭਾਨਾ ਸਿੱਧੂ ਆ ਗਿਆ ਏਜੰਟਾਂ ਨੂੰ ਤਾਪ ਚੜ ਜਾਂਦਾ ਭਾਨੇ ਸਿੱਧੂ ਦਾ ਪਰਮਾਤਮਾ ਨੇ ਕਾਲ ਪੁਰਖ ਵਾਹਿਗੁਰੂ ਨੇ ਐਡਾ ਬੜਾ ਰੁਤਬਾ ਬਣਾਇਆ ਇੱਥੇ ਮੇਰਾ ਵਿਰੋਧ ਕਰਨ ਲੱਗ ਜਾਨੇ